ਪਿੰਡ ਦੇ ਮੈਦਾਨ ਵਿੱਚ ਪੋਲ ਵਾਲਟ, ਹਾਈ ਜੰਪ ਤੇ ਟ੍ਰਿਪਲ ਜੰਪ ਦੀ ਪ੍ਰੈਕਟਿਸ ਕਰ ਰਹੇ ਇਸ ਸ਼ਖਸ ਦੀ ਉਮਰ 55 ਸਾਲ ਦੀ ਹੈ। ਜੀ ਹਾਂ, ਇਹਨਾਂ ਤਸਵੀਰਾਂ ਦੇ ਵਿੱਚ ਆਪਣੀ ਉਮਰ ਨੂੰ ਮਾਤ ਪਾਉਂਦੇ ਇਹ ਹੌਸਲੇ ਹਨ ਰਿਟਾਇਰਡ ਸੂਬੇਦਾਰ ਲਖਵਿੰਦਰ ਸਿੰਘ ਦੇ, ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਲਵਾਨ ਦੇ ਰਹਿਣ ਵਾਲੇ ਨੇ। ਇਸ ਖਿਡਾਰੀ ਨੇ ਆਪਣੇ ਦਮ ਉੱਤੇ ਕਈ ਖੇਡ ਮੁਕਾਬਲਿਆਂ ਦੇ ਵਿੱਚ ਸੈਂਕੜਿਆਂ ਮੈਡਲ ਜਿੱਤੇ ਨੇ ਤੇ ਉਮਰ ਦੇ ਇਸ ਪੜਾਅ ਉੱਤੇ ਜਦੋਂ ਬਜ਼ੁਰਗ ਗੋਡਿਆਂ ਦੇ ਦਰਦ ਨਾਲ ਜੂਝਦੇ ਵਿਖਾਈ ਦਿੰਦੇ ਨੇ ਤਾਂ 55 ਸਾਲਾ ਇਹ ਸ਼ਖਸ ਨੌਜਵਾਨਾਂ ਨੂੰ ਵੀ ਮਾਤ ਦਿੰਦਾ ਵਿਖਾਈ ਦਿੰਦਾ। ਸੂਬੇਦਾਰ ਲਖਵਿੰਦਰ ਸਿੰਘ ਨੂੰ ਬਚਪਨ ਵਿੱਚ ਹੀ ਇਹ ਸ਼ੌਂਕ ਸਕੂਲ ਤੋਂ ਲੱਗ ਗਿਆ ਤੇ ਸਕੂਲ ਦੇ ਸਮੇਂ ਤੋਂ ਹੀ ਉਹ ਇਹਨਾਂ ਖੇਡਾਂ ਦੀ ਪ੍ਰੈਕਟਿਸ ਕਰ ਰਹੇ ਨੇ ਤੇ ਹੁਣ ਤੱਕ ਉਹ ਕਈ ਨੈਸ਼ਨਲ ਖੇਡਾਂ ਦੇ ਵਿੱਚ ਮੈਡਲ ਜਿੱਤ ਚੁੱਕੇ ਨੇ ਤੇ ਇਸ ਖੇਡ ਦੇ ਜ਼ਰੀਏ ਹੀ ਫੌਜ ਦੇ ਵਿੱਚ ਭਰਤੀ ਹੋ ਕੇ ਅਤੇ ਸਰਵਿਸ ਦੇ ਦੌਰਾਨ ਵੀ 7 ਵਾਰ ਉਹ ਟੀਮ ਵਿੱਚ ਖੇਡੇ ਨੇ। ਪਰ ਕਿਉਂਕਿ ਖੇਡ ਦੀ ਪ੍ਰੈਕਟਿਸ ਦੇ ਲਈ ਜੋ ਸਮਾਨ ਹੈ ਉਹ ਬਹੁਤ ਮਹਿੰਗਾ ਹੈ, ਜੋ ਲਖਵਿੰਦਰ ਲੈ ਨਹੀਂ ਸਕਦੇ, ਇਸ ਲਈ ਸਰਕਾਰ ਵੱਲੋਂ ਉਹਨਾਂ ਨੇ ਮਦਦ ਦੀ ਅਪੀਲ ਕੀਤੀ ਹੈ। ਸਕੂਲ ਦੇ ਵਿੱਚ ਇੱਕ, ਮੈਂ 8ਵੀਂ 'ਚ ਪੜ੍ਹਦਾ ਸੀ ਅਤੇ ਇੱਕ 10ਵੀਂ ਵਿੱਚ ਲੜਕਾ ਪੜ੍ਹਦਾ ਹੁੰਦਾ, ਉਹ ਪੋਲ ਵਰਡ ਕਰਦਾ ਸੀ ਕਮਾਨ ਸਕੂਲ, ਸਰਕਾਰੀ ਸਕੂਲ ਤੋਂ। ਉਹਨੂੰ ਦੇਖ ਕੇ ਮੈਨੂੰ ਇਹ ਜਿਹੜਾ ਸ਼ੌਂਕ ਲੱਗਾ ਕਿ ਮੈਂ ਵੀ ਇਹ ਪੋਲ ਵਰਡ ਦਾ ਇਮਿਟ ਜਿਹੜਾ ਕਰ ਸਕਾਂ। ਫਿਰ ਮੈਂ ਉਸ ਨੂੰ ਆਪਣੇ ਨਾਰਮਲ ਲੈਵਲ 'ਤੇ ਸ਼ੁਰੂ ਕੀਤਾ, ਲੱਕੜ ਦਾ ਇੱਕ ਪੋਲ ਲੈ ਕੇ ਘਰ ਹੀ ਥੋੜ੍ਹਾ ਜਿਹਾ ਜਗ੍ਹਾ ਗੋਟ ਕੇ ਉਹਨੂੰ ਮੈਂ ਸ਼ੁਰੂ ਕੀਤਾ, ਜਿਹਦੇ ਨਾਲ ਕਿ ਮੇਰੀ ਸ਼ੌਂਕ ਦੀ ਵਜ੍ਹਾ ਨਾਲ ਮੈਂ ਨੈਸ਼ਨਲ ਲੈਵਲ ਤੱਕ ਪਲੇਸ ਲੈ ਲਈ ਔਰ 2 ਸਾਲ ਮੈਂ ਸਕੂਲ ਦੇ ਵਿੱਚ ਪੋਲ ਵੈਡ ਕੀਤਾ। ਉਸ ਤੋਂ ਉਪਰੰਤ ਮੈਂ ਆਰਮੀ ਦੇ ਵਿੱਚ ਭਰਤੀ ਹੋ ਗਿਆ ਜੀ। ਇਸੇ ਗੇਮ ਦੇ ਸਿਰ 'ਤੇ ਹੀ ਮੈਂ ਆਰਮੀ ਦੇ ਵਿੱਚ ਭਰਤੀ ਹੋਇਆ ਔਰ ਸਾਰੀ ਜਿਹੜੀ ਸਰਵਿਸ ਹੈ ਮੈਂ ਇਹ ਗੇਮ ਦੇ ਸਿਰ 'ਤੇ ਹੀ ਕੀਤੀ ਹੈ। ਉੱਥੇ ਹੀ ਪਿੰਡ ਦੇ ਲੋਕ ਵੀ ਲਖਵਿੰਦਰ ਨੂੰ ਆਪਣੇ ਪਿੰਡ ਦਾ ਸਟਾਰ ਮੰਨਦੇ ਨੇ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਲਖਵਿੰਦਰ ਨੂੰ ਪ੍ਰੈਕਟਿਸ ਕਰਨ ਦੇ ਲਈ ਪੂਰਾ ਸਮਾਨ ਮੁਹੱਈਆ ਕਰਾਏ ਤਾਂ ਇਹ ਸਿਤਾਰਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਵਰਗੇ ਕਈ ਹੋਰ ਸਿਤਾਰੇ ਪਿੰਡ 'ਚ ਬਣਾ ਸਕਦਾ ਹੈ। ਸਾਨੂੰ ਬਹੁਤ ਹੀ ਜ਼ਿਆਦਾ ਮਾਣ ਹੈ ਸੂਬੇਦਾਰ ਲਖਵਿੰਦਰ ਸਿੰਘ 'ਤੇ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹਨ ਔਰ ਸਵੇਰੇ ਤਕਰੀਬਨ 3 ਵਜੇ ਆ ਜਾਂਦੇ ਇੱਥੇ ਔਰ ਆਪਣੀ ਪ੍ਰੈਕਟਿਸ ਕਰਕੇ 10-11 ਵਜੇ ਇੱਥੋਂ ਜਾਂਦੇ ਆ। ਪਰ ਜੋ ਮਿਹਨਤ ਕਰਦੇ ਆ ਇਹਨਾਂ ਨੂੰ ਮਿਹਨਤ ਦਾ ਅਜੇ ਤੱਕ ਫਲ ਪੂਰਾ ਨਹੀਂ ਮਿਲਿਆ, ਕਿਉਂਕਿ ਇਹ ਜੋ ਮਿਹਨਤ ਕਰਦੇ ਆ ਆਪਣੇ ਸਿਰ 'ਤੇ ਮਿਹਨਤ ਕਰ ਰਹੇ ਆ, ਇਹਨਾਂ ਨੂੰ ਬਾਹਰੋਂ ਵੀ ਕੋਈ ਵੀ ਕਿਸ ਤਰ੍ਹਾਂ ਕੋਈ ਵੀ ਸਪੋਰਟ ਨਹੀਂ ਮਿਲੀ ਅਜੇ ਤੱਕ। ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਬਾਹਰੋਂ ਕੋਈ ਸਪੋਰਟ ਮਿਲੇ, ਸਰਕਾਰਾਂ ਕੋਲ ਸਪੋਰਟ ਮਿਲੇ ਔਰ ਹੋਰ ਵੀ ਇਹ ਗਾਂ ਅੱਗੇ ਵੱਧ ਸਕਣ ਔਰ ਜੋ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵੀ ਇਹਨਾਂ ਤੋਂ ਸਬਕ ਲੈ ਕੇ ਉਹ ਵੀ ਅੱਗੇ ਆ ਸਕਣ। ਸੋ ਜਿੱਥੇ ਇਹ ਤਸਵੀਰਾਂ ਹੌਸਲਾ ਵਧਾਉਂਦੀਆਂ ਨੇ ਉੱਥੇ ਹੀ ਖੇਡ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਦੇ ਲਈ ਆਪਣੇ ਵੱਲੋਂ ਬਣਾਏ ਗਏ ਖੇਡ ਸਮਾਨ ਦੇ ਨਾਲ ਹੀ ਪਿੰਡ ਦੇ ਮੈਦਾਨ ਦੇ ਵਿੱਚ ਫਸਲ ਦੇ ਭੂਸੇ ਤੇ ਹੀ ਪ੍ਰੈਕਟਿਸ ਦੀਆਂ ਇਹ ਤਸਵੀਰਾਂ ਕਿਤੇ ਨਾ ਕਿਤੇ ਇੱਕ ਨਮੋਸ਼ੀ ਵੀ ਪੇਸ਼ ਕਰ ਰਹੀਆਂ ਨੇ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲਖਵਿੰਦਰ ਨਵੰਬਰ 2019 ਤੇ ਅਗਸਤ 2020 ਦੇ ਵਿੱਚ ਮਲੇਸ਼ੀਆ ਅਤੇ ਕੈਨੇਡਾ ਵਿੱਚ ਹੋਣ ਜਾ ਰਹੇ ਖੇਡ ਮੁਕਾਬਲਿਆਂ ਦੇ ਵਿੱਚ ਭਾਗ ਲੈਂਦੇ ਸਾਨੂੰ ਦਿਖਾਈ ਦੇਣਗੇ। ਦੇਖਣਾ ਹੋਏਗਾ ਕਿ ਹੁਣ ਲਖਵਿੰਦਰ ਸਿੰਘ ਦੀ ਮਦਦ ਦੇ ਲਈ ਕੋਈ ਅੱਗੇ ਆਏਗਾ ਜਾਂ ਨਹੀਂ। ਗੁਰਦਾਸਪੁਰ ਤੋਂ ਨਿਤਿਨ ਲੂਥਰਾ ਦੇ ਨਾਲ ਇੰਡੀਆ ਨਿਊਜ਼ ਪੰਜਾਬ।